व्हाट्सएप पे की हाल चाल है ਤੁਹਾਡੇ ਸਾਰਿਆਂ ਦਾ। ਉਮੀਦ ਹੈ ਕਿ ਸਾਰੇ ਜਣੇ ਆਪਣੇ ਘਰ ਠੀਕ ਹੋਗੇ ਨਾ, ਬਹੁਤ ਵਧੀਆ ਹੋ ਗਿਆ। ਅੱਜ ਆਪਾਂ ਦੁਆਰਾ ਖਾਲਸਾ ਕਾਇਰ ਸੇ ਤੁਹਾਡੇ ਲਈ ਵੀਡੀਓ ਲੈ ਕੇ ਆਏ ਇੱਕ ਬਹੁਤ ਮਜ਼ੇਦਾਰ। ਜਿੱਦਾਂ ਤੁਹਾਨੂੰ ਸਾਰੇ ਜਣਿਆਂ ਨੂੰ ਨਾ ਟਾਇਰ ਦਾ ਢੇਰ ਦੇਖਣ ਨੂੰ ਮਿਲ ਰਿਹਾ, ਉਦਾਂ ਹੀ ਅੱਜ ਅਲੋਏ ਵੀਲ ਦਾ ਢੇਰ ਦਿਖਾਵਾਂਗੇ। ਇਹੋ ਜਿਹਾ ਜੋ ਸੈਗਮੈਂਟ ਤੁਹਾਨੂੰ ਅੱਜ ਤੱਕ ਕਿਸੇ ਹੋਰ ਚੈਨਲ ਤੇ ਵੇਖਣ ਨੂੰ ਨਹੀਂ ਮਿਲਿਆ ਹੋਊਗਾ, ਇਹੋ ਜਿਹਾ ਕੋਈ ਡਿਜ਼ਾਈਨ ਦਿਖਾਵਾਂਗੇ ਜਿੱਥੇ ਤੁਹਾਨੂੰ ਮਜ਼ਾ ਆ ਜਾਊਗਾ। ਚੱਲਦੇ ਆਪਾਂ ਅੰਦਰ, ਨਾਲੇ ਤੁਹਾਨੂੰ ਡਿਜ਼ਾਈਨ ਦਿਖਾਉਂਦੇ ਆ, ਨਾਲੇ ਭਾਈ ਨਾਲ ਮਿਲਾਉਂਦੇ ਆ ਕਿ ਭਾਈ ਕੋ ਇੰਚਸ ਤੋਂ ਕਿੰਨੇ ਇੰਚਸ ਤੱਕ ਅਲੋਏ ਵੀਲ ਅਵੇਲੇਬਲ ਰਹਿੰਦੇ ਆ ਤੇ ਕਿਹੜੇ ਕਿਹੜੇ ਡਿਜ਼ਾਈਨ ਕਿਹੜੇ ਕਿਹੜੇ ਅਲੋਏ ਵੀਲ ਚ ਮਿਲਦੇ ਨੇ, ਸਾਰਾ ਕੁਝ ਤੁਹਾਨੂੰ ਡੀਪਲੀ ਨੌਲੇਜ ਦਵਾਂਗੇ। ਉਸ ਤੋਂ ਪਹਿਲਾਂ ਚੈਨਲ ਕਰੇ ਜੂਰ ਸਬਸਕ੍ਰਾਈਬ। ਚਲੋ ਚੱਲੀਏ। ਜਿੱਦਾਂ ਕਿ ਤੁਹਾਨੂੰ ਦੱਸਿਆ ਖਾਲਸਾ ਰਹਿ ਤੇ ਕਿ ਇੱਧਰ ਖੜੇ ਆ ਅਲਾਈਟਿੰਗ ਭਾਈ, ਇੱਧਰ ਖੜੇ ਆ ਟੈਪਿੰਗ ਭਾਈ ਤੇ ਭਾਈ ਆਪਣੇ ਪਹਿਲੇ ਪੂਰਾ ਪੂਰਾ ਨਾਮ ਦੱਸੇ ਜਾਣ। ਮੇਰਾ ਨਾਮ ਰਾਜੋਤ ਸਿੰਘ ਹੈ ਜੀ। ਭਾਈ ਮੇਰਾ ਨਾਮ ਕਰਮਿੰਦਰ ਸਿੰਘ ਹੈ ਜੀ। ਤੇ ਆਪਾਂ ਖਾਲਸਾ ਰਹਿ ਜਿੱਦਾਂ ਤੁਹਾਨੂੰ ਪਤਾ ਹੈ ਸਾਰੇ ਜਣੇ ਨੇ ਬਹੁਤ ਜ਼ਿਆਦਾ ਸਾਡੀ ਵੀਡੀਓਸ ਨੂੰ ਪਿਆਰ ਦਿੱਤਾ, ਉਹਦੇ ਲਈ ਥੈਂਕ ਯੂ ਸੋ ਮਚ। ਤੇ ਜਿਹੜੀ ਚੀਜ਼ ਦਾ ਤੁਹਾਨੂੰ ਸਾਰੇ ਜਣੇ ਨੂੰ ਵੇਟ ਸੀਗਾ ਕਿ ਹਾਂ ਸਾਡੇ ਕੋਲ ਕਿੰਨੇ ਇੰਚਸ ਤੱਕ ਅਲੋਏ ਵੀਲ ਅਵੇਲੇਬਲ ਹੁੰਦੇ ਆ, ਹਨਾ ਕਿਹੜੀ ਕਿਹੜੀ ਗੱਡੀ ਲਈ ਸਾਡੇ ਕੋਲ ਅਵੇਲੇਬਲ ਆ, ਉਹ ਚੀਜ਼ ਅੱਜ ਆਪਾਂ ਤੁਹਾਨੂੰ ਵੀਡੀਓ ਵਿੱਚ ਸਾਰਾ ਕੁਝ ਦੱਸਾਂਗੇ। ਤੇ ਚੈਨਲ ਕਰਾ ਜੂ ਸਬਸਕ੍ਰਾਈਬ, ਹਨਾ ਭਾਈ? ਬਿਲਕੁਲ ਭਾਈ। ਤੇ ਵੱਧ ਚੜ ਕੇ ਪਿਆਰ ਦਿਓ ਇੰਸਟਾਗ੍ਰਾਮ ਤੇ। ਤੁਸੀਂ ਜੋ ਵੀ ਇਨਕੁਆਇਰੀ ਹੈ, ਕੁਝ ਕਿਸੇ ਵੀ ਚੀਜ਼ ਬਾਰੇ ਪੁੱਛਣਾ, ਸਾਨੂੰ ਇੰਸਟਾਗ੍ਰਾਮ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਖਾਲਸਾ ਰਹਿਸ ਜਲੰਧਰ ਤੇ ਮੋਡੀਫਾਈਡ ਹਬ 2021 ਤੇ ਸਾਰੀ ਡਿਟੇਲ ਆ ਤੁਹਾਨੂੰ ਡੀਪਲੀ ਚਾਲੂ ਕਰਨਗੇ। ਤੇ ਭਾਈ ਦੱਸਿਓ ਅੱਜ ਦੇ ਵਿੱਚ ਭਾਈ ਦੱਸਣਗੇ ਸਾਰੀ ਡਿਟੇਲ, ਹੈ ਨਾ ਭਾਈ? ਬਿਲਕੁਲ। ਤੇ ਚਾਲੂ ਕਰਦੇ ਅੱਜ ਦੀ ਵੀਡੀਓ। ਭਾਈ ਆਪਣੇ ਕੋਲ ਕਿੰਨੇ ਤੋਂ ਕਿੰਨੇ ਇੰਚੀ ਤੱਕ ਅਲੋਏ ਵੀਲ ਰਹਿੰਦੇ ਆ? 12 ਇੰਚ ਤੋਂ ਲੈ ਕੇ 22 24 26 ਤੱਕ ਅਵੇਲੇਬਲ ਹੈ ਜੀ। 26 ਤੱਕ ਅਲੋਏ ਵੀਲ ਭਾਈ ਹੁਣ ਆਪਾਂ ਨੂੰ ਅਵੇਲੇਬਲ ਹੋ ਚੁੱਕੇ ਆ ਔਨ ਜਲੰਧਰ ਦੇ ਵਿੱਚ। ਹੁਣ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ, ਆਪਣੇ ਸ਼ਹਿਰ ਦੇ ਵਿੱਚ ਜਿਹੜੇ ਆਪਣੇ ਇੱਧਰ ਲੋਕਲ ਨੇ ਜਿਹੜੇ ਬਾਹਰੋਂ ਆ ਰਹੇ ਆ, ਇੱਕ ਵਾਰ ਤੁਸੀਂ ਨਾ ਵੱਡੇ ਸ਼ਹਿਰਾਂ ਵਿੱਚੋਂ ਛੱਡ ਕੇ ਕੋਈ ਇਸ ਜਲੰਧਰ ਸ਼ਹਿਰ ਨੂੰ ਪਰ ਅਪਰੋਚ ਕਰਕੇ ਵੇਖੋ, ਜੋ ਕਿ ਇਹੋ ਜਿਹਾ ਪ੍ਰਾਈਸਿੰਗ ਔਰ ਇਹੋ ਜਿਹੇ ਤੁਹਾਨੂੰ ਡਿਜ਼ਾਈਨ ਵੇਖਣ ਨੂੰ ਮਿਲਣਗੇ, ਮਜ਼ਾ ਆਊਗਾ, ਇਹ ਗਰੰਟੀ ਹੈ। ਸਹੀ ਗੱਲ ਭਾਈ? ਬਿਲਕੁਲ ਭਾਈ, ਵਧੀਆ ਕਲੈਕਸ਼ਨ ਦਿਖਾਉਣੇ ਆ ਤੁਹਾਨੂੰ। ਤੇ ਅੱਜ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੋਰ ਡਿਜ਼ਾਈਨ ਸਾਡੇ ਅੱਜ ਤੱਕ ਆਪਾਂ ਜਿੰਨੇ ਦਿਖਾਏ ਆ, ਆਪਾਂ 20 ਤੋਂ ਲੈ ਕੇ 24 ਤੱਕ ਹੀ ਡਿਜ਼ਾਈਨ ਦਿਖਾਏ। 24 ਬਹੁਤ ਕੁਝ ਦਿਖਾਇਆ ਜੀ ਅੱਜ ਆਪਣੇ ਕੋਲ, ਤੁਹਾਨੂੰ ਦਿਖਾਉਣੇ ਆ ਜੀ। ਪਹਿਲੇ 20 ਤੇ ਚਾਲੂ ਕਰੀਏ। ਹਾਂ, 20 ਸ਼ੁਰੂ ਕਰਦੇ ਆ ਜੀ। ਅੱਜ ਸਾਰੇ ਛੋਟੇ ਸੈਗਮੈਂਟ ਵੀ ਦਿਖਾਵਾਂਗਾ, ਵੀਡੀਓ ਸਕਿਪ ਨਾ ਕਰਿਓ, ਐਂਡ ਤੱਕ ਜ਼ਰੂਰ ਵੇਖਿਓ, ਠੀਕ ਹੈ? ਤੇ ਭਾਈ ਇਹ ਵੀਚ ਆਪਾਂ ਦਿਖਾਈਏ ਕਿਹੜੇ ਡਿਜ਼ਾਈਨ ਆ ਆਪਣੇ। ਵੀਚ ਭਾਜੀ ਆ ਤੁਸੀਂ ਦੇਖ ਸਕਦੇ ਹੋ, ਕ੍ਰੋਮ ਬਲੈਕ, ਕ੍ਰੋਮ ਬਲੈਕ ਮਸ਼ੀਨ, ਸਿਲਵਰ ਮਸ਼ੀਨ ਵੀ ਪਿਆ ਆਪਣੇ ਕੋਲ, ਰੈੱਡ ਲਿਪਸਟਿਕ ਪਿਆ, ਉਹ ਕੌਂਟਰਾ ਵਗੈਰਾ ਵੀ ਪਿਆ ਭਾਜੀ ਜਿਹੜਾ ਅੱਜ ਕੱਲ੍ਹ ਚੱਲਦਾ ਪਿਆ ਕਾਫੀ ਥਾਰ ਵਗੈਰਾ ਨੂੰ, ਐਂਡ ਦਾ ਮੇਨ ਬਲੈਕ ਕ੍ਰੋਮ ਵੀ ਹਾਜ਼ਰ ਹੈ ਜੀ ਆਪਣੇ ਕੋਲ, ਮਤਲਬ ਰੈਡੀ ਸਟਾਕ ਹੈ, ਕੋਈ ਕਿਤੋਂ ਆਨ ਆਰਡਰ ਨਹੀਂ, ਕੋਈ ਕੁਛ ਨਹੀਂ, ਸਾਰਾ ਕੁਛ ਰੈਡੀ ਹੈ। ਮੈਂ ਚਾਹੂੰਗਾ ਭਾਜੀ ਤੁਸੀਂ ਆਪ ਇੱਕ ਵਾਰੀ ਕੈਮਰਾ ਫੜੋ ਤੇ ਲਾ ਕੇ ਜ਼ਰੂਰ ਦਿਖਾਓ ਜੀ, ਆਪਾਂ ਸਾਰੀਆਂ ਲਾ ਕੇ ਦਿਖਾਓ ਜੀ। ਤੇ ਆਪਾਂ ਸਾਰੀ ਚੀਜ਼ਾਂ ਹੁਣ ਤੁਹਾਨੂੰ ਲਾਗੋ ਦਿਖਾਉਂਦਾ ਮੈਂ ਏ ਟੂ ਜ਼ੈਡ। ਇਹ ਜਿਹੜਾ ਅਲੋਏ ਵੀਲ ਹੈ ਇਹਨੂੰ ਕਹਿੰਦੇ ਬਲੈਕ ਕ੍ਰੋਮ, ਸਹੀ ਗੱਲ ਹੈ? ਇਹ ਬਲੈਕ ਕ੍ਰੋਮ ਹੈ ਭਾਜੀ, ਠੀਕ ਹੈ, ਬਿਲਕੁਲ ਨਵੀਂ ਐਡੀਸ਼ਨ ਹੈ ਜੀ ਸਾਡੇ ਸਟੋਰ ਤੇ, ਠੀਕ ਹੈ। ਆਈ ਡੋਨਟ ਥਿੰਕ ਹੈ ਕਿਸੇ ਨੇ ਵੀ ਫਿੱਟ ਵੀ ਕੀਤਾ ਹੋਊਗਾ ਹਜੇ ਤੱਕ, ਬਹੁਤ ਵਧੀਆ ਉਹ ਮਲਟੀ ਲਾਈਨ ਚ। ਹਾਂ, ਮਲਟੀ ਲਾਈਨ ਦੇ ਵਿੱਚ ਬਲੈਕ ਕ੍ਰੋਮ ਹੈ, ਬਿਲਕੁਲ ਨਵੀਂ ਫਿਨਿਸ਼ ਹੈ ਜੀ। ਤੇ ਉਸ ਤੋਂ ਅਗਲਾ ਅਲੋਏ ਵੀਲ ਆਪਾਂ ਵੇਖਦੇ ਪਿਆ ਕ੍ਰੋਮ ਦੇ ਵਿੱਚ ਦੂਜਾ, ਇਹ ਵੀ ਨਵਾਂ ਡਿਜ਼ਾਈਨ ਹੈ ਜੀ, ਪਰ ਇਹ ਤੁਸੀਂ ਦੇਖਿਆ ਹੋਊਗਾ ਸਾਡੇ ਇੰਸਟਾਗ੍ਰam ਪੇਜ ਦੇ ਉੱਤੇ 2-4 ਰੀਲਾਂ ਦਾ ਕ੍ਰੋਮ ਫਿਨਿਸ਼ ਹੈ, ਥੋੜਾ ਵਾਈਡ ਹੈ, ਟੈਂਜ ਹੈ, ਵਾਈਡ ਹੈ ਅਲੋਏ ਵੀ, ਠੀਕ ਹੈ, ਕ੍ਰੋਮ ਫਿਨਿਸ਼ ਹੈ, ਫਿਨਿਸ਼ ਹਾਰਡ ਕ੍ਰੋਮ ਹੈ, ਨਾਲੇ ਮੇਨ ਗੱਲ ਇਹਦਾ ਕਲਰ ਨਹੀਂ ਉਤਰਦਾ, ਵਧੀਆ ਫਿਨਿਸ਼ ਹੈ, ਗੱਡੀ ਨੂੰ ਲੱਗਾ ਆ, ਹੋਰ ਵਧੀਆ ਲੱਗਦਾ। ਬਾਕੀ ਜੇ ਕਿਸੇ ਨੇ ਫਿੱਟ ਕੀਤਾ ਹੋਇਆ ਦੇਖਣਾ ਤੁਸੀਂ ਸਾਡੇ ਇੰਸਟਾਗ੍ਰam ਪੇਜ ਤੇ ਦੇਖ ਸਕਦੇ ਹੋ ਜੀ, ਠੀਕ ਹੈ। ਉਸ ਤੋਂ ਇਲਾਵਾ ਇਹ ਚੀਜ਼ ਤੇ ਚਲੋ ਹੁਣ ਜ਼ਿਆਦਾਤਰ ਫੇਮਸ ਹੋ ਰਹੀਆਂ ਜਿਹਦਾ ਮਲਟੀ ਲਾਈਨ ਹੋ ਗਿਆ, ਇੱਕ ਇਹ ਅਲੋਏ ਵੀਲ ਬੜਾ ਫੇਮਸ ਹੋਇਆ ਕਿਉਂਕਿ ਇਹਦਾ ਸੈਂਟਰ ਗੈਪ ਘੁੰਮਦਾ ਨਹੀਂ। ਹਾਂ, ਇਹ ਫਲੋਟਿੰਗ ਗੈਪ ਹੈ, ਇਹਦੇ ਵਿੱਚ ਭਾਜੀ ਤੁਸੀਂ ਲੱਗਾ ਕਾਫੀ ਗੱਡੀਆਂ ਨੂੰ ਦੇਖਿਆ ਹੋਏਗਾ, ਮੈਂਸਰੀ ਡਿਜ਼ਾਈਨ ਆਪਾਂ ਇਹਨੂੰ ਕਹਿੰਦੇ ਆ, ਬਲੈਕ ਮਸ਼ੀਨ ਦੇ ਵੀ ਫਿਨਿਸ਼ ਹੈ ਭਾਜੀ, ਗੱਡੀ ਰੋਟੇਟ ਕਰਦੀ ਹੈ ਜਦੋਂ ਚੱਲਦੀ ਹੈ, ਅਲੋਏ ਰੋਟੇਟ ਕਰਦਾ, ਬਟ ਇਹਦਾ ਕੈਪ ਉਦਾਂ ਹੀ ਸਟਿਲ ਰਹਿੰਦਾ ਭਾਜੀ, ਰੇਂਜ ਰੋਵਰ ਟਾਈਪ, ਬਿਲਕੁਲ ਰੇਂਜ ਰੋਵਰ ਟਾਈਪ, ਠੀਕ ਹੈ ਜੀ। ਉਸ ਤੋਂ ਇਲਾਵਾ ਆਪਾਂ ਵੇਖਦੇ ਪਿਆ ਅੱਜ ਕੱਲ ਇਹ ਕੌਂਟਰਾ ਡਿਜ਼ਾਈਨ ਬੜਾ ਫੇਮਸ ਹੋਇਆ ਪਿਆ, ਇਹ 22 ਇੰਚੀ 24 ਇੰਚੀ ਤੱਕ ਬਹੁਤ ਜਾ ਰਿਹਾ। ਹਾਂਜੀ, ਆਪਣੇ ਕੋਲ ਅਵੇਲੇਬਲ ਮਿਲ ਜਾਏਗਾ, ਹਾਂ ਬਾਈ ਚਾਂਸ ਜੇ ਕਿਤੇ ਨਾ ਅਵੇਲੇਬਲ ਹੋਵੇ ਤੇ ਤੁਹਾਨੂੰ ਅਸੀਂ ਅਵੇਲੇਬਲ ਕਰ ਵੀ ਦੇਵਾਂਗੇ ਭਾਜੀ, ਠੀਕ ਆ। ਤੇ ਇਹ ਚੀਜ਼ ਤੁਹਾਨੂੰ ਦੱਸਤੀ, ਉਸ ਤੋਂ ਇਲਾਵਾ 20 ਇੰਚੀ ਚ ਇਹ ਡਿਜ਼ਾਈਨ ਜਿਹੜੇ ਤੁਹਾਨੂੰ ਆਮ ਦੇਖਣ ਨੂੰ ਮਿਲ ਰਿਹਾ, ਇਹ ਤੇ ਹੈਗੇ ਹੀ ਹੈਗੇ ਆ, ਜਿਵੇਂ ਆਮ ਹੈ, ਥੋੜਾ ਜਿਹਾ 2-4 ਡਿਜ਼ਾਈਨ ਤੁਹਾਨੂੰ ਪ੍ਰੀਮੀਅਮ ਵੀ ਦਿਖਾਇਆ, ਬਾਕੀ ਸਪੇਸ ਦੀ ਥੋੜੀ ਜਿਹੀ ਸਾਡੇ ਕੋਲ ਸ਼ਾਰਟੇਜ ਹੈ, ਪਰ ਵੈਰਾਈਟੀ ਦੀ ਕੋਈ ਸ਼ਾਰਟੇਜ ਨਹੀਂ ਹੈ, ਵੈਰਾਈਟੀ ਜਿੰਨੀ ਕੋ ਉਨੀ ਦਿਖਾਵਾਂਗੇ, ਐਂਡ ਰੇਂਜ ਪ੍ਰਾਈਜ਼ ਬੈਸਟ ਪ੍ਰਾਈਜ਼ ਦਵਾਂਗਾ, ਗਰੰਟਿਡ ਪ੍ਰਾਈਜ਼ ਹੋਣਗੇ ਜੀ ਸਾਡੇ, ਠੀਕ ਹੈ। ਤੇ ਭਾਈ ਇੱਕ ਆਮ ਇੱਕ ਥੋੜਾ ਜਿਹਾ ਹਿੰਟ ਆਪਾਂ ਗੱਲ ਕਰੀਏ, 20 ਇੰਚ ਕਿੰਨੇ ਤੋਂ ਚਾਲੂ ਹੋ ਜਾਂਦਾ ਆਪਣੇ ਕੋਲ? 5000 ਤੋਂ ਲੈ ਕੇ 70-75000 ਉੱਪਰ ਵੀ ਜਾਂਦਾ, ਜਿੱਦਾਂ ਕੌਂਟਰਾ ਵਗੈਰਾ ਇਹ ਥੋੜੇ ਜਿਹੇ ਮਹਿੰਗੇ ਨੇ ਅਲੋਏ, ਹੁਣ ਹਜੇ ਤੁਹਾਨੂੰ ਇੱਕ ਹੋਰ ਅਲੋਏ ਦਿਖਾਉਣਾ, ਇੱਥੇ ਮਿਸਿੰਗ ਹੈ ਸ਼ਾਇਦ, ਮੈਂ ਮੰਗਾ ਕੇ ਦਿਖਾਉਣਾ, ਉਹ 12 ਜੇ ਵਾਈਡ ਹੈ, ਉਹ ਥੋੜ੍ਹਾ ਜਿਹਾ ਮਹਿੰਗਾ ਅਲੋਏ,
ਥੋੜੀ ਜੀ ਮਤਲਬ ਉਨੀ ਕੀ ਹੈ ਬਟ ਵੈਰਾਈਟੀ ਦੀ ਤੁਹਾਨੂੰ ਜਿੱਦਾਂ ਮੈਂ ਕਿਹਾ ਵੈਰਾਈਟੀ ਦੀ ਕਮੀ ਨਹੀਂ ਮਿਲੂਗੀ ਤੇ ਤੁਸੀਂ ਬਾਹਰ ਵਾਲੇ ਪਾਸੇ ਵੀ ਅਲੋਏ ਵੀਲ ਦੇਖ ਸਕਦੇ ਹੋ ਜਿੱਦਾਂ ਕਿ ਆਡੀ ਰੇਂਜ ਰੋਵਰ ਸਾਰਿਆਂ ਦੇ ਅਲੋਏ ਵੀਲ ਓਰੀਜਨਲ ਤੋਂ ਲੈ ਕੇ ਤੁਹਾਨੂੰ ਦੂਜੇ ਸਾਰੇ ਮਿਲਣਗੇ ਮੋਟੀਸਕੋਪ ਵਾਲੇ ਮਲਟੀ ਲਾਈਨ ਹੋ ਗਏ ਡੀਪ ਹੋ ਗਏ ਕਨਕੇਵ ਹੋ ਗਏ ਸਾਰੇ ਟਾਈਪ ਦੇ ਅਲੋਏ ਵੀਲ ਭਾਜੀ ਉਹਨਾਂ ਕੋਲ ਅਵੇਲੇਬਲ ਹੁੰਦੇ ਭਾਈ ਤੋਂ 23 ਡਿਜ਼ਾਈਨ ਤਾਂ ਰੈਡੀ ਸਟਾਕ ਪਏ ਨੇ ਜੀ ਆਪਣੇ ਕੋਲ ਤੁਸੀਂ ਦੇਖ ਸਕਦੇ 20 ਇੰਚੀ ਦੇ ਵਿੱਚ ਤੁਹਾਨੂੰ ਮੈਂ ਗਿਣਾ ਸਕਦਾ ਐ ਵੇਖੋ 1 2 3 4 5 6 7 8 9 10 11 12 ਇਸ ਤੋਂ ਅਲਾਵਾ ਹੁਣ ਆਪਾਂ ਚੱਲੀਏ ਤੇ ਪਾਉਂਦੇ ਆ 22 ਵਾਲ ਹੋਰ 2-3 ਡਿਜ਼ਾਈਨ ਪਿੱਛੇ 11-12 ਖੈਰ ਕੋਈ ਗੱਲ ਨਹੀਂ ਡਿਜ਼ਾਈਨਸ ਤਾਂ ਤੁਹਾਨੂੰ ਹੋਰ ਵੀ ਦਿਖਾ ਸਕਦਾ ਮੈਂ ਪਰ ਇਹ ਥੋੜੀ ਜਿਹੀ ਪ੍ਰੀਮੀਅਮ ਸੈਗਮੈਂਟ ਆ ਤੁਹਾਨੂੰ ਦਿਖਾਉਣਾ ਮੈਂ ਵਧੀਆ ਕਲੈਕਸ਼ਨ ਜਿਹਨੂੰ ਆਪਾਂ ਕਹਿੰਦੇ ਆ ਚੂਜ਼ੀ ਟਾਈਪ ਥੋੜੀ ਆ ਵੀ ਕੋਈ ਜ਼ਿਆਦਾ ਨਹੀਂ ਖਲਾਰਾ ਹੈਗਾ ਬਲੈਕ ਮਸ਼ੀਨ ਪਿਆ ਜੀ ਜਿਹੜਾ ਸਭ ਤੋਂ ਜ਼ਿਆਦਾ ਸਕੋਰਪੀਓ ਦੇ ਵਿੱਚ ਇਹ ਅਲੋਏ ਵੀ ਬਹੁਤ ਫੇਮਸ ਹੋਇਆ ਬਹੁਤ ਵਧੀਆ ਲੱਗਦਾ ਜੀ ਆ BMW ਦਾ ਪ੍ਰੀਮੀਅਮ ਚੀਜ਼ ਹੈ ਭਾਜੀ ਬਲੈਕ ਮਸ਼ੀਨ ਅਲੋਏ ਆ ਇਹ ਵੀ 10J ਵਾਈਡ ਹੈ ਅਲੋਏ ਬਲਕੀ ਬਣਾਉਣੀ ਹੋਵੇ ਤੇ ਵਧੀਆ ਲੱਗੂਗਾ ਮੇਰੇ ਹਿਸਾਬ ਨਾਲ ਇੱਕ ਗੱਲ ਤੁਹਾਨੂੰ ਹੋਰ ਦੱਸ ਦਵਾਂ ਇਹ ਜਿੰਨੇ ਵੀ ਅਲੋਏ ਆ ਇਹਨਾਂ ਵਾਸਤੇ ਤੁਹਾਨੂੰ ਜੇ ਸੈਟ ਆਫ 5 ਚਾਹੀਦਾ ਹੋਵੇ ਫੋਰ ਥਾਰ ਜਿੱਦਾਂ ਅੱਜ ਕੱਲ ਬਹੁਤ ਹੀ ਹੌਟ ਸੈਲਿੰਗ ਗੱਡੀ ਹੈ ਉਹ ਵੀ ਮਿਲ ਜਾਏਗਾ ਜੀ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਅਲੋਏ ਵੀਲ ਦੇਖ ਰਹੇ ਚੋੜੀ ਪੱਟੀ ਵਾਲਾ ਜਿਹੜਾ ਸਿਲਵਰ ਚ ਸਿਲਵਰ ਮਸ਼ੀਨਡ ਇਹ ਸਿਲਵਰ ਮਸ਼ੀਨਡ ਹੈ ਜੀ ਦੇਖ ਸਕਦੇ ਹੋ ਫਰਕ ਮਸ਼ੀਨਡ ਹੈ ਜੀ ਫਰਕ ਹੈਗਾ ਇਹ ਚੀਜ਼ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਤੇ ਸਿਲਵਰ ਸਿਲਵਰ ਮਸ਼ੀਨ ਚ ਪੈਸਾ ਦਾ ਵੀ ਥੋੜਾ ਜਿਹਾ ਫਰਕ ਪੈਂਦਾ ਥੋੜਾ ਜਿਹਾ ਰੇਟ ਦਾ ਵੇਰੀਏਸ਼ਨ ਹੈਗਾ ਬਾਕੀ ਜੇ ਕੋਈ ਇਹ ਵੀ ਕੋਈ ਜ਼ਿਆਦਾ ਲੰਬਾ ਚੌੜਾ ਫਰਕ ਉਹ ਨਹੀਂ ਹੈਗਾ ਥੋੜੀ ਜਿਹੀ ਰੇਟ ਦੀ ਵੇਰੀਏਸ਼ਨ ਹੈ ਜੀ ਠੀਕ ਆ ਹਾਂਜੀ ਇਸ ਤੋਂ ਬਾਅਦ ਜਿਹੜਾ ਅਗਲਾ ਇਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਂਦੇ ਆ ਜੀ ਬਲੈਕ ਮਸ਼ੀਨ ਫਿਰ ਆ ਗਿਆ ਟੋਇਟਾ ਲੈਂਡ ਕਰੂਜ਼ਰ ਦਾ ਠੀਕ ਹੈ ਜੀ ਹਾਂਜੀ ਫਿਰ ਅੱਗੇ ਇਹ ਵੀ LC ਦਾ ਜੀ ਡਿਜ਼ਾਈਨ ਲੈਕਸਸ ਆ ਹਾਂ ਇਹ ਹਾਈਪਰ ਬਲੈਕ ਫਿਨਿਸ਼ ਹੈ ਜੀ ਠੀਕ ਹੈ ਇਹ ਸਿਲਵਰ ਮਸ਼ੀਨਡ ਫਿਨਿਸ਼ ਹੈ ਠੀਕ ਹੈ ਦੋਨਾਂ ਦੀ ਫਿਨਿਸ਼ ਦੇ ਵਿੱਚ ਫਰਕ ਹੈ ਦੇਖ ਸਕਦੇ ਹੋ ਤੁਸੀਂ ਇਹ ਲਾਈਟ ਹੈ ਉਹ ਡਾਰਕ ਆ ਹਾਂ ਬਿਲਕੁਲ ਜੀ ਇਹ ਸਿਲਵਰ ਮਸ਼ੀਨਡ ਹੈ ਇਹ ਹਾਈਪਰ ਬਲੈਕ ਮਸ਼ੀਨਡ ਫਿਨਿਸ਼ ਹੈ ਠੀਕ ਹੈ ਇਹਦੇ ਵਿੱਚ ਵੀ ਇਹ ਟੋਇਟਾ ਦਾ ਹੈ ਵੀ ਇਹ ਵੀ ਹਾਈਪਰ ਬਲੈਕ ਮਸ਼ੀਨਡ ਫਿਨਿਸ਼ ਹੈ ਫੋਰਚੂਨਰ ਨੂੰ ਪੈ ਜਾਊਗਾ ਇਹ ਵੀ ਪੈ ਜਾਊਗਾ ਤੇ ਇਹ ਵੀ ਪੈ ਜਾਊਗਾ ਫੋਰਡ ਨੂੰ ਪੈ ਜਾਏਗਾ ਜੀ ਆਪਣਾ ਹੋਰ ਤੁਹਾਡਾ ਪਿੱਕੇ ਨੂੰ ਸੂਜ਼ੂ ਡੀਮੈਕਸ ਨੂੰ ਪੈ ਜਾਊਗਾ ਠੀਕ ਹੈ ਜੀ ਆ ਦੇਖੋ ਜੀ ਇਹਦੇ ਵਿੱਚ ਆਪਣੇ ਕੋਲ ਸਿਲਵਰ ਮਸ਼ੀਨਡ ਵੀ ਹੈ ਠੀਕ ਹੈ ਆਫਟਰ ਦੈਟ ਇਹਦੇ ਵਿੱਚ ਆਪਣੇ ਕੋਲ ਬਲੈਕ ਮਸ਼ੀਨਡ ਵੇਰੀਐਂਟ ਵੀ ਅਵੇਲੇਬਲ ਹੈ ਪਿੱਛੇ ਦਿਖਾਉਣਾ ਜੀ ਤੁਹਾਨੂੰ ਬਿਲਕੁਲ ਠੀਕ ਹੈ ਹਾਂਜੀ ਤੇ ਉਹਦੇ ਨਾਲ ਨਾਲ ਜਿਹੜੇ ਸਾਡੇ ਕੋਲ ਹਾਰਡ ਕ੍ਰੋਮ ਸਾਡੇ ਅੱਜ ਕੱਲ ਬੜੇ ਫੇਮਸ ਹੋਏ ਨੇ ਤੁਹਾਨੂੰ ਆ ਦਿਖਾ ਦਿੰਦੇ ਆ ਜੀ ਇਹ ਕਵਾਲੋ ਦਾ ਹਾਰਡ ਕ੍ਰੋਮ ਅਲਾਏ ਆ ਠੀਕ ਆ ਆ ਵੀ ਮਿਲ ਜਾਊਗਾ ਆ ਵੀ ਹੈ ਇਹ ਅ ਲਿਟਲ ਬਿਟ ਕਾਲਰ ਵਾਲਾ ਡਿਜ਼ਾਈਨ ਆਪਾਂ ਇਹਨੂੰ ਕਹਿ ਸਕਦੇ ਹਾਂ ਠੀਕ ਵਧੀਆ ਡਿਜ਼ਾਈਨ ਆ ਪਾਇਆ ਵਧੀਆ ਲੱਗਦਾ ਜੀ ਠੀਕ ਹੈ ਜੀ ਹਾਂਜੀ A22 ਦੇ ਵਿੱਚ ਆ ਵੀ ਆਪਣੇ ਕੋਲ ਅਵੇਲੇਬਲ ਹੈ ਬਹੁਤ ਵਧੀਆ ਲੋਇ ਹੈ ਇਹ ਵੀ ਐਂਡ ਜਿਹੜਾ ਤੁਹਾਨੂੰ ਹੁਣੇ ਮੈਂ ਕਹਿ ਰਿਹਾ ਸੀ ਉਹਦੇ ਵਿੱਚ ਬਲੈਕ ਵੀ ਵੇਰੀਐਂਟ ਅਵੇਲੇਬਲ ਹੈ ਉਹ ਆ ਲੋਇ ਹੈ ਭਾਜੀ ਠੀਕ ਹੈ ਹਾਂਜੀ ਤੇ ਇਸ ਤੇ ਸਾਡੀ ਸੈਗਮੈਂਟ ਜਿਹੜੀ 22 ਵੀ ਹੋ ਗਈ ਇਸ ਤੋਂ ਬਾਅਦ ਆਉਂਦੀ ਹੈ ਹੁਣ ਸਿੱਧਾ ਹੀ 24 ਆਪਾਂ ਦਿਖਾਈਏ ਸਾਡੇ ਕੋਲ ਕਿਹੜਾ ਹੌਟ ਡਿਜ਼ਾਈਨ ਹੈ ਹਾਂਜੀ ਹਾਂਜੀ ਭਾਜੀ ਬਿਲਕੁਲ ਜੀ ਮੈਂ ਤੁਹਾਨੂੰ ਬਿਲਕੁਲ ਜੀ 24 ਇੰਚ ਦੀ ਗੱਲ ਆ ਗਈ ਹੈ ਹੁਣ ਆ ਦੇਖੋ ਜੀ ਇਹ ਆਪਣੇ ਕੋਲ ਪ੍ਰੀਮੀਅਮ ਚੀਜ਼ਾਂ ਨੇ ਜੀ ਇਹ ਹੈਗਾ ਸਕੋਰਪੀਓ ਇਹਦੇ ਵਿੱਚ ਹੀ ਆਪਣੇ ਕੋਲ ਸੇਮ ਅਵੇਲੇਬਲ ਹੈ ਫੋਰ ਐਂਡੈਵਰ ਫੋਰਚੂਨਰ ਆਲਸੋ ਅਵੇਲੇਬਲ ਹੈ ਭਾਜੀ ਇਸ ਤੋਂ ਮੈਂ ਜਿਹੜਾ ਆਹ ਵਾਲਾ ਦਿਖਾ ਰਿਹਾ ਲੋਏ ਆ ਇੱਧਰ ਹੈ ਭਾਜੀ ਪਿਆ ਕਰੋਮ ਦਾ ਇਹਦੇ ਵਿੱਚ ਵੀ ਆਪਣੇ ਕੋਲ 24 ਅਵੇਲੇਬਲ ਹੈ 24 ਅਵੇਲੇਬਲ ਹਾਂਜੀ ਅਵੇਲੇਬਲ ਹੈ ਜੀ ਆਪਣੇ ਤੁਸੀਂ ਪੇਜ ਦੇ ਉੱਤੇ ਇੰਸਟਾਗ੍ਰਾਮ ਦੇ ਪੇਜ ਦੇ ਉੱਤੇ ਦੇਖ ਸਕਦੇ ਹੋ ਠੀਕ ਹੈ ਹਾਂ ਥਾਰ ਵਗੈਰਾ ਦੀ ਰੀਲਸ ਦੇਖ ਸਕਦੇ ਹੋ 24 ਵੀ ਅਵੇਲੇਬਲ ਹੈ 2-3 ਡਿਜ਼ਾਈਨ ਹੋਰ ਠੀਕ ਹੈ ਤੇ ਜਿਹੜੀ ਮੇਨ ਤੁਹਾਨੂੰ ਅੱਜ ਇੱਕ ਬੈਸਟ ਚੀਜ਼ ਦਿਖਾਉਣ ਲੱਗਾ ਉਹ ਆ ਜੀ ਇਹ ਫਿਊਲ ਦਾ ਲਾਇਆ ਜੀ ਠੀਕ ਹੈ ਇਹ 24 ਇੰਚ ਹੈ ਇਹਦੇ ਵਿੱਚ ਆਪਣੇ ਕੋਲ 26 ਵੀ ਅਵੇਲੇਬਲ ਹੈ ਠੀਕ ਹੈ 24 ਇਹ ਹੈਗਾ 12J ਵਾਈਡ ਠੀਕ ਹੈ ਇਹ 12 ਇੰਚ ਚੌੜਾ ਲੋਏ ਹੈ ਠੀਕ ਹੈ ਐਂਡ ਤੁਸੀਂ ਇਹਦੀ ਡੀਪਨੈਸ ਦਿਖਾ ਦਿਓ ਮੜਾ ਜਿਹਾ ਲੱਗਿਓ ਇਹ ਵੇਖ ਸਕਦੇ ਹੋ ਤੁਸੀਂ ਮੈਂ ਇੱਥੋਂ ਕੈਮਰਾ ਚਾਲੂ ਕਰਦਾ ਹਾਂਜੀ ਕੈਮਰਾ ਪੂਰਾ ਜਾ ਰਿਹਾ ਵੇਖ ਸਕਦੇ ਹੋ ਕਿੰਨਾ ਡੀਪ ਆ
ਤੇ ਮਤਲਬ ਇੱਕ ਇੱਕ ਗੱਲ ਕਰੀਏ ਕਿ ਘੱਟੋ ਘੱਟ 6 6.5 ਇੰਚ ਅੰਦਰ ਨੂੰ ਡੀਪ ਆ ਹਾਂਜੀ ਤੇ ਐਲੋਏ ਵੀ ਫਿਊਲ ਦਾ ਰਹਿਣ ਵਾਲਾ ਓਰੀਜਨਲ ਇਹ ਦੇਖ ਸਕਦੇ ਹੋ ਇਨਗ੍ਰੇਵਡ ਹੈ ਹਾਂਜੀ ਇਨਗ੍ਰੇਵਡ ਹੈ ਫਿਊਲ ਦਾ ਓਰੀਜਨਲ ਲਵਾਇਆ ਜੀ ਐਂਡ ਆਈ ਥਿੰਕ ਇਹ ਪੂਰੇ ਪੰਜਾਬ ਚ ਆਪਣੇ ਕੋਲ ਹੀ ਆ ਡਿਜ਼ਾਈਨ ਠੀਕ ਹੈ ਡਿਜ਼ਾਈਨ ਬਹੁਤ ਪ੍ਰੀਮੀਅਮ ਹੈ ਜਿਹਦੀ ਵੀ ਗੱਡੀ ਨੂੰ ਫਿੱਟ ਹੋਏਗਾ ਫਸਟ ਲਾਈ ਫਿੱਟ ਹੋਊਗਾ ਥੋੜੀ ਜਿਹੀ ਕਾਸਟਿੰਗ ਜ਼ਿਆਦੀ ਹੈ ਕਾਸਟਿੰਗ ਤੁਹਾਨੂੰ ਸਟੋਰ ਤੇ ਦੱਸਾਂਗੇ ਜੀ ਕਿਉਂਕਿ ਇਹ ਥੋੜਾ ਜਿਹਾ ਪ੍ਰੀਮੀਅਮ ਸੈਗਮੈਂਟ ਹੈ ਜੀ ਠੀਕ ਹੈ ਇਸ ਤੋਂ ਇਲਾਵਾ ਆਪਾਂ ਹੁਣ ਚੱਲੀਏ ਛੋਟੇ ਸੈਗਮੈਂਟ ਵੱਲ ਨੂੰ ਹਾਂਜੀ ਛੋਟੇ ਸੈਗਮੈਂਟ ਤੁਹਾਨੂੰ ਆਓ ਉੱਪਰ ਹੀ ਦਿਖਾਉਂਦੇ ਹਾਂ ਭਾਜੀ ਆ ਜਾ ਹਾਂ ਤੇ ਇੱਥੋਂ ਖਾਲਸਾ ਟਾਇਰਸ ਦੀ ਮੇਨ ਜਿਹੜੀ ਪਹਿਚਾਨ ਚਾਲੂ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਦੱਸਾਂ ਕਿਉਂਕਿ ਜਿਹੜੀ ਛੋਟੀ ਸੈਗਮੈਂਟ ਵਾਲੀ ਗੱਡੀ ਹੈ ਜਿਹੜਾ ਮਿਡਲ ਕਲਾਸ ਫੈਮਿਲੀ ਆ ਉਹ ਲੋਕਾਂ ਦੇ ਸੁਪਨੇ ਹਨਾ ਛੋਟੀ ਗੱਡੀ ਦਾ ਚਾਲੂ ਹੁੰਦਾ ਛੋਟੀ ਗੱਡੀ ਦੇ ਵਿੱਚ ਸਾਰਾ ਕੁਝ ਅਵੇਲੇਬਲ ਹੈ ਸਾਰੀ ਰੇਂਜ ਅਵੇਲੇਬਲ ਹੈ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਵੀ ਆ ਮਹਿੰਗਾ ਆ ਉਹ ਸਸਤਾ ਹੈ ਸਾਰਾ ਕੁਝ ਅਵੇਲੇਬਲ ਹੈ ਜੀ ਠੀਕ ਹੈ ਤੇ ਹੁਣ ਆਪਾਂ ਚਾਲੂ ਕਰਦੇ ਆ ਭਾਜੀ ਸਭ ਤੋਂ ਪਹਿਲੇ ਜੀ ਛੋਟਾ ਸੈਗਮੈਂਟ ਹਾਂਜੀ ਸਾਡੇ ਕੋਲ ਛੋਟੇ ਦੇ ਵਿੱਚ ਵੈਰਾਈਟੀ ਦਿਖਾਈ ਜਾਵੇ ਕਿੱਦਾਂ ਦੀ ਵੈਰਾਈਟੀ ਆਪਣੇ ਕੋਲ 13 ਜਦ ਅੱਜ ਕੱਲ 12 ਇੰਚ ਕੋਈ ਪਾਉਂਦਾ ਹੀ ਨਹੀਂ ਹੈਨਾ 12 ਇੰਚ ਹੈਗੇ ਆ ਦੋ ਤਿੰਨ ਡਿਜ਼ਾਈਨ ਹੈ ਲਿਮਿਟਿਡ ਜਿਹਾ ਸਟਾਕ ਹੈ ਕਿਉਂਕਿ ਅੱਜ ਕੱਲ ਕੰਪਨੀਆਂ ਨੇ ਵੀ ਆਲਟੋ ਵਗੈਰਾ ਕਾਰ ਨੂੰ 13 ਇੰਚ ਕਨਵਰਟ ਕਰਤਾ ਹੋਇਆ ਤੇ 13 ਇੰਚ ਲਾ ਕੇ ਭੇਜ ਰਹੇ ਨੇ ਠੀਕ ਹੈ ਛੋਟਾ ਸਟਾਕ ਹੈ ਨਾ ਉਹਦੇ ਵਿੱਚ ਤੁਹਾਨੂੰ ਜਿਹੜੇ ਲਗਭਗ ਸਾਰੇ ਡਿਜ਼ਾਈਨ ਸਿਮ ਮਿਲ ਜਾਣਗੇ 13 ਹੋਵੇ 14 ਹੋਵੇ 15 ਹੋਵੇ 16 ਹੋਵੇ 17 ਹੋਵੇ 18 ਹੋਵੇ ਹਾਂਜੀ ਬਿਲਕੁਲ ਜੀ ਛੋਟਾ ਜਿੰਨਾ ਵੀ ਸਟਾਕ ਹੈ ਸਾਰਿਆਂ ਦੇ ਵਿੱਚ ਸਾਰੇ ਡਿਜ਼ਾਈਨਸ ਮਿਲ ਜਾਣਗੇ ਆਲਮੋਸਟ ਸਾਰੇ ਡਿਜ਼ਾਈਨ ਮਿਲ ਜਾਣਗੇ ਕੋਈ ਕਿਸੇ ਵੇਲੇ ਹੁੰਦਾ ਵੀ ਨਹੀਂ ਡਿਜ਼ਾਈਨ ਅਵੇਲੇਬਲ ਹੁੰਦਾ ਆਪਣੇ ਕੋਲ ਤੇ ਇਹ ਹੈਗਾ ਦੇਖ ਸਕਦੇ ਹੋ ਜ਼ੈਡੋ ਜ਼ੈਡੋ ਕੰਪਨੀ ਦਾ ਅਲੋਏ ਵੀ ਲੱਗਾ ਇਸ ਤੋਂ ਇਲਾਵਾ ਜਿਹੜਾ ਡੀਪ ਆ ਗਿਆ ਆਪਣਾ ਮਲਟੀ ਲਾਈਨ ਚੋੜੀ ਪੱਟੀ ਵਾਲਾ 20 ਚ ਵੀ ਤੁਹਾਨੂੰ ਥੱਲੇ ਦਿਖਾ ਕੇ ਆਇਆ ਮੈਂ ਇਹ ਸੇਮ ਹੈ ਜੀ ਐਜ਼ ਇਹਦੇ ਵਿੱਚ 14 ਤੋਂ ਲੈ ਕੇ 18 20 22 ਤੱਕ ਅਵੇਲੇਬਲ ਹੈ ਜੀ ਆਪਣੇ ਕੋਲ ਠੀਕ ਹੈ ਇਸ ਤੋਂ ਨਾਲ ਅਗਲਾ ਜਿਹੜਾ ਹੈਗਾ ਇਹ ਕ੍ਰੋਮ ਐਲੀਮੈਂਟ ਹੈ ਜੀ ਇਹ ਵੀ ਤੁਹਾਨੂੰ ਮਾੜਾ ਜਿਹਾ ਇਹਨੂੰ ਲੱਗ ਕੇ ਦਿਖਾ ਦਿਓ ਇਹ ਵੀ ਹਾਈਪਰ ਬਲੈਕ ਫਿਨਿਸ਼ ਹੈ ਠੀਕ ਹੈ ਜੀ ਇਹਦੇ ਵਿੱਚ ਬਲੈਕ ਵੀ ਮਿਲ ਜੂਗਾ ਸਿਲਵਰ ਵੀ ਮਿਲ ਜੂਗਾ ਭਾਜੀ ਠੀਕ ਹੈ ਤੇ ਭਾਜੀ ਇਹ ਵਾਲਾ ਬੜਾ ਇਹ ਵੀ ਕਨਕੇਵ ਵੀਲ ਹੈ ਹਨਾ ਅੰਦਰ ਨੂੰ ਕਾਫੀ ਕਨਕੇਵ ਹੈ ਜੀ ਇਹ 9J ਹੈ ਜੀ ਲਾਏ ਇਹ 9J ਹੈ ਨਹੀਂ ਉਹਦਾ ਹਾਂਜੀ 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 ਇਹ 9 ਇੰਚ ਚੌੜਾ ਲਾਏ ਜੀ ਇਹ ਆਪਣੇ ਸਾਊਥ ਵਾਲੇ KL ਵਾਲੇ ਸਾਈਡ ਬਹੁਤ ਚੱਲਦਾ ਅੱਜ ਕੱਲ ਜਿਹੜਾ ਵੀ ਹੋਗਾ ਬਲੀਨੋ ਲਵੇ ਨਾ ਤੇ ਮੇਰੇ ਅਕੋਰਡਿੰਗ ਅਗਰ ਇਹ ਪਵਾਉਂਦਾ ਤੇ ਬਹੁਤ ਜ਼ਿਆਦਾ ਸੋਹਣੀ ਬਲੀਨੋ ਦੀ ਲੁੱਕ ਨਿਕਲਦੀ ਬਿਲਕੁਲ ਭਾਜੀ ਬਿਲਕੁਲ ਜੀ ਆਪਣੇ ਕੋਲ ਆ ਵੀ ਸਿਲਵਰ ਮਸ਼ੀਨਡ ਵੀ ਫਿਨਿਸ਼ ਅਵੇਲੇਬਲ ਹੈ ਠੀਕ ਹੈ ਇੱਕ ਭਾਜੀ ਇਹ ਆਪਾਂ ਅੱਜ ਤੱਕ 22 24 24 ਤੱਕ ਆਪਾਂ ਦੇਖਿਆ ਡਿਜ਼ਾਈਨ ਹੈ ਨਾ ਇਹ ਕਿੰਨੇ ਇੰਚੀ ਸੇ ਅਵੇਲੇਬਲ ਹੈ ਇਹ ਤਾਂ 15 ਇੰਚ ਲਾਇਆ ਜੀ 15 ਇੰਚ ਦੇ ਵਿੱਚ ਵੀ ਕਨਕੇਵ ਹੈ ਦੇਖ ਸਕਦੇ ਹੋ ਤੁਸੀਂ ਕਿੰਨਾ ਡੀਪ ਹੈ ਕਨਕੇਵ ਹੈ ਜੀ ਹੈਨਾ ਹਾਂਜੀ ਤੇ ਐਵੇਂ ਜੀ ਗੱਲ ਨਹੀਂ ਕਿ 15 ਇੰਚ ਵਿੱਚ ਕਨਕੇਵ ਨਹੀਂ ਮਿਲਦਾ 15 ਇੰਚ ਵੀ ਕਨਕੇਵ ਮਿਲਦਾ 15 ਇੰਚ ਵੀ ਕਨਕੇਵ ਮਿਲਦਾ ਇਹ ਥੋੜਾ ਜਿਹਾ ਸੌਰੀ ਅਗੇਨ ਥੋੜਾ ਜਿਹਾ ਖਲਾਰਾ ਜ਼ਿਆਦਾ ਸਾਡੇ ਕੋਲੇ ਅਜੇ ਕਾਫੀ ਮਾਲ ਇਦਾਂ ਦਾ ਹੈ ਵੀ ਕਾਫੀ ਡਿਜ਼ਾਈਨ ਇਦਾਂ ਦੇ ਆ ਪ੍ਰੀਮੀਅਮ ਜਿਹੜੇ ਦੱਬ ਕੇ ਹੀ ਰਹੇ ਹਨ ਅਜੇ ਓਪਨ ਨਹੀਂ ਕੀਤੇ ਆਪਾਂ ਕੋਈ ਨਹੀਂ ਤੁਹਾਨੂੰ ਹੌਲੀ ਹੌਲੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਉਹ ਵੀ ਦਿਖਾਵਾਂਗੇ ਐਂਡ ਜਲਦੀ ਹੀ ਤੁਹਾਨੂੰ ਇੱਕ ਹੋਰ ਵਧੀਆ ਪ੍ਰੀਮੀਅਮ ਵੀਡੀਓ ਵੀ ਦਿਖਾਵਾਂਗੇ ਜਿਹਦੇ ਵਿੱਚ ਤੁਹਾਨੂੰ ਸਾਰਾ ਕੁਝ ਈਜ਼ੀਲੀ ਮਤਲਬ ਦਿਖ ਜਾਊਗਾ ਤੇ ਤੁਹਾਨੂੰ ਤਾਂ ਕਿ ਤੁਹਾਨੂੰ ਇਨਕੁਆਇਰੀ ਸਾਨੂੰ ਕਰਨੀ ਈਜ਼ੀ ਹੋ ਜਾਵੇ ਥੋੜਾ ਜਿਹਾ ਤੇ ਤਾਂ ਕਿ ਬਾਕੀ ਜਿਹਨੂੰ ਵੀ ਜਿਹੜੇ ਇੰਚਿਸ ਅਲੋਏ ਵੀ ਚਾਹੀਦੇ ਤੁਸੀਂ ਭਾਈ ਨੂੰ ਕੰਟੈਕਟ ਕਰੋ WhatsApp ਤੇ ਨੰਬਰ ਫਲੈਸ਼ ਹੁੰਦੇ ਦਿਖਦੇ ਪਏ ਨੇ ਪੋਲੋ ਦਾ ਪਿਆ ਜੀ ਪੋਲੋ ਗੱਡੀ ਦਾ ਹਾਂ ਇਹ ਪੋਲੋ ਗੱਡੀ ਦੇ ਪਹਿਲੀ ਕਾ ਮਿਲਣਾ ਔਖਾ ਹਾਂ ਮਿਲਣਾ ਔਖਾ ਪੋਲੋ ਵਾਸਤੇ ਜਿਹੜੀ ਉਹ ਫੋਕਸਵੈਗਨ ਦੀ ਨਵੀਂ ਕਾਰ ਆਈ ਹੈ ਟਿਗਵਾਨ ਉਹਦੇ ਵਾਸਤੇ ਇਹ ਪ੍ਰੀਮੀਅਮ ਜ਼ੀ ਸੀਰੀਜ਼ ਦਾ ਲੋਇਆ 18 ਇੰਚ ਦੇ ਵਿੱਚ ਇੱਕ ਹੈ ਭਾਈ ਮਲਟੀ ਲਾਈਨ ਵੇਖ ਰਿਹਾ ਇਹ ਵੀ ਬੜਾ ਮਤਲਬ ਅਲੱਗ ਜੀ ਮਲਟੀ ਲਾਈਨ ਦੇ ਲੁੱਕ ਆ ਹਾਂਜੀ ਬਿਲਕੁਲ ਆ ਇਨਫੋਰਜ ਦਾ ਵੀਲ ਪਿਆ ਜੀ ਸਾਡੇ ਕੋਲ ਠੀਕ ਹੈ ਇਨਫੋਰਜ ਆਇਆ ਵੀ ਹੈ ਨਾ ਹਾਂਜੀ ਆ ਵੀ ਇਨਫੋਰਜ ਦਾ ਤੇ ਇਹ ਟੋਇਟਾ ਦਾ origignal ਲੋਏ ਪਿਆ ਜੀ ਆਪਣੇ ਕੋਲ ਠੀਕ ਹੈ ਇਹ ਟੋਇਟਾ ਦਾ origignal ਲੋਏ ਆ ਇਹ ਰੈਪਲਿਕਾ ਨਹੀਂ ਹੈਗਾ ਲੋਏ ਰੈਪਲਿਕਾ ਦਾ ਪਹਿਲੇ ਮਤਲਬ ਦੱਸ ਦਿੱਤਾ ਜਾਵੇ ਕਾਪੀ ਜਿਹੜਾ ਕਾਪੀ ਲਾਇਆ ਹੁੰਦਾ ਹਾਂਜੀ ਠੀਕ ਹੈ ਤੇ ਉਹ ਚੀ ਤੁਹਾਨੂੰ ਸਾਫ ਦੱਸ ਕੇ ਦੱਸਾਂਗੇ ਜਿਹੜਾ ਰੈਪਲਿਕਾ ਹੋਏਗਾ ਰੈਪਲਿਕਾ ਹੋਏਗਾ ਕਾਪੀ ਹੈ ਤੁਹਾਨੂੰ ਥੱਲੇ ਉਹ ਵੀ ਦਿਖਾਉਣਾ ਜਾ ਕੇ ਤੇ ਪਰ ਜਿਹੜਾ ਆ ਵਾਲਾ ਅਲੋਏ ਤੁਹਾਨੂੰ ਦਿਖਾ ਰਿਹਾ ਇਹ ਟੋਇਟਾ ਦਾ ਜਿਹੜਾ ਹੁਣ ਅੱਜ ਕੱਲ ਆਉਂਦਾ ਉਹ origignal ਆ ਬਾਕੀ ਹੋਰ ਵੀ ਕਿਸੇ ਵੀ ਕਾਰ ਦਾ ਤੁਹਾਨੂੰ origignal ਅਲੋਏ ਵਗੈਰਾ ਵੀ ਚਾਹੀਦਾ ਹੋਵੇ ਜਿੱਦਾਂ i20 ਦਾ ਟੰਗਿਆ ਹੋਇਆ ਆਪਾਂ ਲਾਏ ਹੈ ਰਿਹਾ ਹਾਂਜੀ ਇਹਦੇ ਵਿੱਚ ਤੁਹਾਨੂੰ ਵਧੀਆ ਰੇਟ ਬੈਸਟ ਪ੍ਰਾਈਸ ਮਤਲਬ ਅੱਜ ਕੱਲ ਦੀ ਲੇਟ ਥਾਰ ਦੇ ਹੋਗੇ ਕਿਸੇ ਨੂੰ ਕੋਈ ਵੀ ਗੱਡੀ ਦੇ ਅਲੋਏ ਵੀ ਚਾਹੀਦਾ ਮਿਲ ਜੂਗੇ ਮਿਲ ਜੂਗੇ ਇਸ ਤੋਂ ਇਲਾਵਾ ਕਾਰ ਦਾ ਚਾਹੀਦਾ ਜੀ ਅਲੋਏ ਅਵੇਲੇਬਲ ਦੇਵਾਂਗੇ ਜੀ ਤੇ ਡਿਊਲ ਕਲਰ ਆਪਣੇ ਕੋਲ ਜਿਹੜਾ 4K ਪੇਂਟ ਦੇ ਵਿੱਚ ਆਉਂਦਾ ਆਪਣੇ 4K ਕੁਆਲਿਟੀ ਉਹ ਤੁਸੀਂ ਵੇਖ ਸਕਦੇ ਹੋ ਉਹ ਲੱਗਾ 2K ਪੇਂਟ ਜਿਹਨੂੰ ਵੀ ਆਪਾਂ ਅੱਜ ਕੱਲ ਦੇ ਟਾਈਮ ਚ 4K ਕਹਿੰਦੇ ਪਏ ਜਿਹਨੂੰ 2K ਵੀ ਕਹਿੰਦੇ ਆ ਲੋਕੇ ਹਨਾ ਤੇ ਬਲੈਕ ਐਂਡ ਯੈਲੋ ਕਲਰ ਦੇ ਵਿੱਚ ਟੋਨ ਦੇ ਵਿੱਚ ਪਿਆ ਉਹਦੇ ਨਾਲ X2 ਦਾ ਅਲੋਏ ਵੀ ਕਨਕੇਵ ਬੜਾ ਅਲੱਗ ਜਿਹਾ ਡਿਜ਼ਾਈਨ ਆ ਵੇਖ ਸਕਦੇ ਹੋ ਦੋਨੋਂ ਪੀਸ ਉੱਤੇ ਟੰਗੇ ਪਏ ਨੇ ਲੋਕ ਐਜੀ ਅਲੋਏ ਦੀ ਥੋੜੀ ਯੂਨੀਕ ਜੀ ਚੀਜ਼ ਹੈ ਵੱਖਰਾ ਜਿਹਾ ਕਨਸੈਪਟ ਹੈ ਜਿਨ੍ਹਾਂ ਨੂੰ ਥੋੜਾ ਜਿਹਾ ਸ਼ੌਂਕ ਹੈ ਐਗਜ਼ੌਸਟ ਵਗੈਰਾ ਪਾ ਕੇ ਵਾਈਲਡ ਟਾਇਰ ਪਾ ਕੇ ਉਹਨਾਂ ਵਾਸਤੇ ਆਹ ਚੀਜ਼ ਹੈਗੀ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਇਹ 17 ਇੰਚ ਦੇ ਵਿੱਚ ਹੀ 9J ਚੌੜਾ ਲੋਏ ਆ ਠੀਕ ਹੈ ਕਾਫੀ ਘੱਟ ਮਿਲਦੀ ਹੈ ਚੀਜ਼ ਬਟ ਆਪਣੇ ਕੋਲ ਅਵੇਲੇਬਲ ਹੈ 17 ਇੰਚ ਦੇ ਵੀ 9J 9J ਚੌੜਾ ਲੋਏ ਅਵੇਲੇਬਲ ਹੈ ਠੀਕ ਹੈ ਜੀ ਤੇ ਜੇ ਦਾ
ਰੈੱਡ ਬਲੈਕ ਗ੍ਰੇ ਬਹੁਤ ਸੋਹਣਾ ਲੱਗਦਾ ਸਿਲਵਰ ਮਸ਼ੀਨਡ ਆ ਡਿਜ਼ਾਈਨ ਬਹੁਤ ਵਧੀਆ ਲੱਗੂਗਾ ਜੀ ਠੀਕ ਹੈ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ 13 ਇੰਚ 12 ਇੰਚ ਐ ਆਪਣਾ 12 ਇੰਚ ਦਾ ਲਾਈਵ ਪਿੱਛੇ ਪਿਆ ਜੀ ਹਾਂਜੀ ਉਹ 12 ਦਾ ਪਿਆ ਸੇਮ 13 ਇੰਚ ਇਹਦੇ ਵਿੱਚ ਵੀ ਅਵੇਲੇਬਲ ਮਿਲ ਜੂਗਾ ਲਗਭਗ ਸਾਰੇ ਡਿਜ਼ਾਈਨ ਜਿੱਦਾਂ ਆਪਣਾ ਇਹ ਡਿਜ਼ਾਈਨ ਹੋਗਾ ਇਹ ਚ ਵੀ 13 ਮਿਲ ਜੂਗਾ ਇਹ ਚ ਵੀ ਮਿਲ ਜੂਗਾ ਇਹਦੇ ਵਿੱਚ ਵੀ ਅੱਜ ਕੱਲ 13 ਮਿਲ ਜੂਗਾ ਇਹਦੇ ਵਿੱਚ ਵੀ ਮਿਲ ਜਾਂਦਾ ਹੈ ਤੇ ਆਪਣਾ ਇਹ ਵੇਖ ਸਕਦੇ ਹੋ ਜ਼ੈਡੋ ਇਹਦੇ ਵਿੱਚ ਵੀ ਇੱਕ ਅਲੱਗ ਇਹ ਬੀਐਮਐਸ ਵਾਲੀ ਬੀਬੀਐਸ ਹਨਾ ਬੀਬੀਐਸ ਵਾਲੇ ਲਾਇਬਿਲਟੀ ਦੀ ਲੁੱਕ ਕਹਿੰਦੇ ਇਹਨੂੰ ਹਨਾ ਜਿੱਦਾਂ ਆਪਣਾ ਭਰਵੀ ਲੁੱਕ ਹੈ ਉਸ ਤੋਂ ਇਲਾਵਾ ਇਹ ਵੀ 13 ਆ ਹਾਂਜੀ ਇਹ ਵੀ 13 ਇਹਦੇ ਵਿੱਚ 13 14 15 ਅਪ ਟੂ 17 18 ਵੀ ਅਵੇਲੇਬਲ ਹੈ ਜੀ ਇਹਦੇ ਵਿੱਚ ਠੀਕ ਹੈ ਇਸ ਤੋਂ ਇਲਾਵਾ ਆਪਾਂ ਵੇਖਦੇ ਪਏ ਦੇਖ ਸਕਦੇ ਹੋ ਯਾਰ ਇਹ ਵੇਖੋ ਪੋਲੋ ਗੱਡੀ ਦਾ ਇਹ ਪੋਲੋ ਦਾ ਵੈਂਟੋ ਦਾ ਭਾਈ ਹਾਂਜੀ ਇਹ ਪੋਲੋ ਦਾ ਵੈਂਟੋ ਦਾ ਦੋਨੋਂ ਨੂੰ ਲੱਗ ਜਾਏਗਾ ਭਾਈ ਇਹ ਦੋਨੋਂ ਲੱਗ ਜਾਏਗਾ ਦੋਨੋਂ ਨੂੰ ਲੱਗ ਤੇ ਬਹੁਤ ਹੀ ਪਿਆਰਾ ਲਾਇਬਲ ਹੈ ਤੇ ਜਿੱਦਾਂ ਭਾਈ ਉਹਨਾਂ ਕੋਲ ਤੁਸੀਂ ਸਟਾਕ ਤੁਸੀਂ ਵੇਖ ਸਕਦੇ ਹੋ ਜਿੰਨਾ ਹੋ ਸਕੇ ਮੈਂ ਉਹਨਾਂ ਕੋ ਤੁਹਾਨੂੰ ਹਲੇ ਦਿਖਾ ਰਿਹਾ ਨੈਕਸਟ ਪਾਰਟ ਜਿਹੜਾ ਆਪਾਂ ਲੈ ਕੇ ਆਵਾਂਗੇ ਨਾ ਪ੍ਰੋਪਰ ਇੱਕ ਦੁਕਾਨ ਨੂੰ ਰੈਨੋਵੇਟ ਕੀਤੇ ਹੋਏ ਤਰੀਕੇ ਨਾਲ ਲੈ ਕੇ ਆਵਾਂਗੇ ਹਨਾ ਭਾਈ ਫਲੋਰ ਨੈਕਸਟ ਵੀਡੀਓਜ਼ ਤੁਹਾਨੂੰ ਬਾਬਾ ਮੇਰ ਕਰੇ ਜਲਦੀ ਦਿਖਾਵਾਂਗੇ ਜੀ ਜਿੰਨਾ ਵੀ ਸਟਾਕ ਪਿਆ ਸਾਰਾ ਰੀ ਓਪਨ ਕਰਾ ਕੇ ਤੁਹਾਨੂੰ ਵਧੀਆ ਡਿਸਪਲੇ ਦਿਖਾਵਾਂਗੇ ਜੀ ਠੀਕ ਹੈ ਤੇ ਵੀਡੀਓ ਦੇ ਵਿੱਚ ਆਪਾਂ ਕੰਟੀਨਿਊ ਕਰਦੇ ਆਗੇ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਤੇ ਜਿੰਨਾ ਕੋ ਆਪਾਂ ਤੁਹਾਨੂੰ ਦੱਸਿਆ ਇੱਕ ਚੀਜ਼ ਹੋਰ ਭਾਈ ਹੁਣ ਰਹਿ ਗਈ ਥੋੜੀ ਜੀ ਪ੍ਰਾਈਸਿੰਗ ਦੀ ਗੱਲ ਆਪਾਂ ਗੱਲ ਕਰੀਏ ਆਪਣਾ 13 ਇੰਚੀ ਲਾਵੇ ਕਿੰਨੇ ਤੋਂ ਚਾਲੂ ਹੋ ਜਾਂਦਾ ਭਾਈ 13 ਇੰਚ ਲਾਵੇ 13 ਕੋ ਹਜ਼ਾਰ ਤੋਂ ਸ਼ੁਰੂ ਹੋ ਜਾਂਦੇ ਨੇ ਐਂਡ ਹੈ ਨਹੀਂ ਹਾਂ ਐਂਡ ਤੇ ਆਪਣੇ ਤੇ ਹੈ ਜੀ ਆਪਣਾ ਤੇ ਆਪਣੀ ਜੇਬ ਉੱਤੇ ਕੀ ਹਾਂ ਆਪਾਂ ਕਿਦਾਂ ਦਾ ਡਿਜ਼ਾਈਨ ਪਸੰਦ ਕਰਦੇ ਆ ਕਿਦਾਂ ਦੀ ਫਿਨਿਸ਼ ਪਸੰਦ ਕਰਦੇ ਆ ਅਪ ਟੂ ਯੂ ਵੀ ਕਿੰਨਾ ਦਾ ਚਾਹੀਦਾ ਆਪਣੇ ਕੋਲ ਅਵੇਲੇਬਲ ਹੈ ਜੀ ਤੇ ਉਸ ਤੋਂ ਬਾਅਦ ਆ ਗਈ ਆਪਣੀ ਗੱਲ ਭਾਈ 14 ਇੰਚ ਕੀ ਪ੍ਰਾਈਸਿੰਗ ਹੈ 14 ਇੰਚ 16000 ਤੋਂ ਸ਼ੁਰੂ ਹੋ ਜਾਂਦਾ ਜੀ 16000 ਤੋਂ ਲੈ ਕੇ 20 21000 ਰੁਪਏ ਤੱਕ ਈਜ਼ੀਲੀ ਮਿਲ ਜਾਂਦਾ 15 ਇੰਚ 18000 ਤੋਂ ਸ਼ੁਰੂ ਹੁੰਦਾ 22 23000 ਰੁਪਏ ਤੱਕ ਲਾਈਕ 20 22000 ਰੁਪਏ ਦੀ ਰੇਂਜ ਵਧੀਆ ਲਾਈ ਪਸੰਦ ਆ ਜਾਂਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ 16 ਇੰਚ ਭਾਜੀ 23000 ਤੋਂ ਸ਼ੁਰੂ ਹੁੰਦਾ ਤੇ 30 31000 ਰੁਪਏ ਤੱਕ ਅਲਾਈ ਹੈਗੀ ਹੈ ਜੀ 17 ਇੰਚ 28000 ਤੋਂ ਸ਼ੁਰੂ ਹੋ ਜਾਂਦਾ ਜੀ 18 36000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ 36000 ਤੋਂ ਬਾਕੀ ਪ੍ਰੀਮੀਅਮ ਸੈਗਮੈਂਟਸ ਵੀ ਕਾਫੀ ਹੈਗੀਆਂ ਹਾਂ ਹੁਣ ਜਿੱਦਾਂ ਆ ਤੁਹਾਨੂੰ ਦਿਖਾਇਆ ਭਾਜੀ ਸਿਲਵਰ ਮਸ਼ੀਨਡ ਹੋ ਗਿਆ ਉਧਰ ਪਿਆ ਕ੍ਰੋਮ ਹੋ ਗਿਆ ਜੀ ਉਹ ਵੀ ਫੋਰਜੀਟੋ ਦਾ ਮਿਲਦਾ ਨਹੀਂ ਅੱਜ ਦੇ ਟਾਈਮ 'ਚ ਨਹੀਂ ਇਹ ਨਹੀਂ ਮਿਲਦਾ ਭਾਜੀ ਇਹ ਫੋਰਜੀਟੋ ਦਾ ਓਰੀਜਨਲ ਆਇਆ ਮੇਡ ਇਨ ਅਮਰੀਕਾ ਬਹੁਤ ਵਧੀਆ ਪ੍ਰੀਮੀਅਮ ਸੈਗਮੈਂਟ ਆ ਇਹਦੀ ਰੇਂਜ ਥੋੜੀ ਉੱਪਰ ਹੈ ਕੋਈ ਨਹੀਂ ਰੇਂਜ ਤੁਹਾਨੂੰ ਇਹਦੀ ਵੀ ਸਟੋਰ ਤੇ ਆਓਗੇ ਜ਼ਰੂਰ ਦੱਸਾਂਗੇ ਭਾਜੀ ਕੋਈ ਇਸ ਤੋਂ ਬਾਅਦ ਜਿਹੜਾ ਨੈਕਸਟ ਆ ਗਿਆ ਆਪਣਾ 20 ਇੰਚ ਦੀ ਆਪਾਂ ਤੁਹਾਨੂੰ ਦੱਸਿਆ ਹੀ ਹੈ ਪਹਿਲੇ ਐਜ਼ ਇਟ ਇਜ਼ 20-45000 ਤੋਂ ਸ਼ੁਰੂ ਹੋ ਕੇ ਲੱਖ ਸਵਾ ਲੱਖ ਤੱਕ ਵੀ ਆਪਣੇ ਕੋਲ ਰੇਂਜ ਹੈਗੀ ਹੈ ਜੀ ਸਾਰੀ ਅਵੇਲੇਬਲ ਹੈ ਜੀ ਇਹ ਸੀਗੀ ਖਾਲਸਾ ਟਾਇਰ ਵੱਲੋਂ ਅੱਜ ਛੋਟੀ ਜੀ ਅਪਡੇਟ ਜਿਹਦੀ ਤੁਸੀਂ ਸਾਰੇ ਜਾਰੇ ਮੰਗ ਕਰਦੇ ਸੀ ਤੁਹਾਡੀ ਮੰਗ ਕਰਕੇ ਆਪਾਂ ਅੱਜ ਇਹੋ ਜੀ ਵੀਡੀਓ ਇੱਕ ਲੈ ਕੇ ਆਇਆ ਨੈਕਸਟ ਪਾਰਟ ਜਿਹੜਾ ਲੈ ਕੇ ਆਵਾਂਗੇ ਡੀਸੈਂਟ ਤਰੀਕੇ ਨਾਲ ਪੂਰਾ ਮਤਲਬ ਜਿੱਦਾਂ ਥੱਲੇ ਦਾ ਫਲੋਰ ਸਾਫ ਸੁਥਰਾ ਸੈੱਟ ਕੀਤਾ ਹੈ ਪੂਰਾ ਉਦਾਂ ਹੀ ਉੱਪਰ ਵਾਲਾ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਜੀ ਤੇ ਜਲਦੀ ਆ ਵੀਡੀਓ ਆਪਾਂ ਲੈ ਕੇ ਆਵਾਂਗੇ ਤੇ ਵੀਡੀਓ ਅੱਧੀ ਕਰਦੇ ਆ ਇੱਥੇ ਐਂਡ ਅਗਰ ਪਸੰਦ ਆਈ ਹੋਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰਨਾ ਜੂ ਸਬਸਕ੍ਰਾਈਬ ਭਾਈ ਫੋਨ ਨੰਬਰ ਇੱਕ ਵਾਰ ਦੱਸ ਦਿੱਤਾ ਜਾਵੇ ਤੇ ਲੋਕੇਸ਼ਨ ਹਾਂ ਆਪਣੀ ਲੋਕੇਸ਼ਨ ਹੈ ਜੀ ਜਲੰਧਰ ਖਾਲਸਾ ਟਾਇਰ ਨੀਅਰ ਬਿਲਕੁਲ ਨਾਲ ਕਮਲ ਪੈਲਸ ਹੋਟਲ ਇਨ ਫਰੰਟ ਆਫ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸੌਰੀ ਸਾਡੇ ਇੱਥੋਂ ਵੀ ਸਾਰਾ ਬਾਹਰਲਾ ਵਿਊ ਦਿਖਦਾ ਹੈ ਪਰ ਉਹ ਸਟਾਕ ਥੋੜਾ ਹੋਣ ਕਰਕੇ ਆਪਣੇ ਇੱਥੋਂ ਬੰਦ ਕੀਤਾ ਹੋਇਆ ਆਪਾਂ ਤੇ ਇਨ ਫਰੰਟ ਆਫ ਗੁਰਦੁਆਰਾ ਸਾਹਿਬ ਹੈ ਜੀ ਬਾਕੀ ਸਾਡਾ ਫੋਨ ਨੰਬਰ ਹੈ ਜੀ 9814530046 9041464646 ਠੀਕ ਹੈ ਬਾਕੀ ਜਲੰਧਰ ਦੇ ਵਿੱਚ ਦੁਕਾਨ ਪੈਂਦੀ ਹੈਗੀ ਹੈ ਤੁਸੀਂ ਆਲ ਆਫ ਇੰਡੀਆ ਇੰਡੀਆ ਤੋਂ ਬਾਹਰ ਵੀ ਤੁਸੀਂ ਸਾਨੂੰ ਕੰਟੈਕਟ ਕਰਕੇ ਆਪਣੇ ਕੋਲ ਲਾਇਬਲ ਮੰਗਾ ਸਕਦੇ ਹੋ ਇੰਡੀਆ ਡਿਲੀਵਰੀ ਅਵੇਲੇਬਲ ਹੈ ਠੀਕ ਹੈ ਤੇ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੁਹਾਨੂੰ ਪਹਿਲੇ ਪੇ ਕਰਨੇ ਪੈਣਗੇ ਲੇਕਿਨ ਗਰੰਟੀ ਇਸ ਚੀਜ਼ ਦੀ ਰਹੂਗੀ ਕਿ ਤੁਹਾਡੇ ਕੋਲ ਤੁਹਾਡਾ ਸਮਾਨ ਪਹੁੰਚੂਗਾ ਹੀ ਪਹੁੰਚੂਗਾ ਬਿਲਕੁਲ ਜੀ ਪੈਸੇ ਨਹੀਂ ਮਾਰਦੇ ਵਧੀਆ ਤਰੀਕੇ ਦੇ ਨਾਲ ਪਹੁੰਚੂਗਾ ਸਮਾਨ ਐਂਡ ਸੇਫਲੀ ਪਹੁੰਚੂਗਾ ਹਾਂ ਪੈਸੇ ਨਹੀਂ ਮਾਰਦੇ ਤੇ ਵੀਡੀਓ ਅੱਛੀ ਲੱਗੀ ਤੇ ਭਾਈ ਚੈਨਲ ਨੂੰ ਕੀ ਕਰਨਾ ਜ਼ਰੂਰ ਸਬਸਕ੍ਰਾਈਬ ਕਰੋ ਜੀ ਠੀਕ ਹੈ ਟਿਲ ਦਨ ਜੀ ਦੀ ਲੋੜ ਹੈ ਜੀ ਹਾਂ ਟਿਲ ਦਨ ਬਾਏ ਮਿਲਦੇ ਆ ਇਹੋ ਜਿਹੇ ਹੋਰ ਮਜ਼ੇਦਾਰ ਵੀਡੀਓ ਲੈ ਕੇ ਸੈਕੰਡ ਪਾਰਟ ਲਈ ਕਮੈਂਟ ਕਰਕੇ ਜੁੜ ਜਾਇਓ ਬਿਲਕੁਲ